ਹਾਂਜੀ ਉਹ ਨਾ ਰੋਜ਼ ਚੈੱਕ ਕਰਿਓ ਕੂਲਰ ਮੈਂ ਇੱਕ ਨਹੀਂ ਪਈ ਵਿੱਚ ਜ਼ਰੂਰ 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 ਡਿਪਾਰਟਮੈਂਟ ਸਰ ਫੋਟੋਜ਼ ਕਲਿੱਕ ਕੀਤੀਆਂ ਹੋਈਆਂ ਆਪਾਂ ਤੁਹਾਨੂੰ ਪ੍ਰੋਵਾਈਡ ਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ 5 ਤਰੀਕ ਨੂੰ ਇੱਕ ਇੰਸੀਡੈਂਟ ਹੋਇਆ ਸੀ ਜਿਹਦੇ ਵਿੱਚ ਦੋ ਗਰੁੱਪਸ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਅਤੇ ਬਾਅਦ 'ਚ ਅਨਫੋਰਚੁਨੇਟਲੀ ਇੱਕ ਯੰਗ ਮੁੰਡਾ ਸੀ ਹਰਮਨਜੀਤ ਸਿੰਘ 23 ਸਾਲਾਂ ਦਾ ਉਹਦੀ ਇੱਕ ਅਨਫੋਰਚੁਨੇਟ ਡੈਥ ਹੋਈ ਸੀ ਸੋ ਉਸ ਕੇਸ 'ਚ ਜਿਹੜੀ ਮੇਰੀ ਇਹ ਸਾਡੀ ਟੀਮ ਇੱਥੇ ਬੈਠੀ ਹੈ ਉਹਨਾਂ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਐਂਡ ਅੰਡਰ ਦ ਡਾਇਰੈਕਸ਼ਨਸ ਆਫ ਆਰ ਵਰਦੀ CP ਅੰਮ੍ਰਿਤਸਰ ਗੁਰਪ੍ਰੀਤ ਭੁੱਲਰ ਸਰ ਉਹਨਾਂ ਦੀ ਡਾਇਰੈਕਸ਼ਨਸ ਹੇਠ ACP ਈਸਟ ਗੁਰਿੰਦਰਬੀਰ ਸਿੰਘ SHO ਬੀ ਡਿਵੀਜ਼ਨ ਸੁਖਬੀਰ CIA ਇੰਚਾਰਜ 3 ਬਿੰਦਰਜੀਤ ਅਤੇ ਇਹਨਾਂ ਦੀ ਜਿਹੜੇ ਸਾਰੇ ਸਾਡੇ ਮੁਲਾਜ਼ਮ ਹੈ ਉਹਨਾਂ ਨੇ ਦਿਨ ਰਾਤ ਇਹਦੇ ਵਿੱਚ ਕੰਮ ਕੀਤਾ ਐਂਡ ਇਨ ਲੈੱਸ ਦੈਨ 12 ਆਵਰਸ ਨੋਟ ਓਨਲੀ ਡਿਡ ਵੀ ਆਈਡੈਂਟੀਫਾਈ ਦ ਪਰਪੇਟਰੇਟਰਸ ਜਿਹੜੇ ਪਹਿਲਾਂ ਬਿਲਕੁਲ ਇੱਕ ਬਲਾਇੰਡ ਕੇਸ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਅਤੇ ਬਹੁਤ ਹੀ ਟੈਕਨੀਕਲ ਤਰੀਕੇ ਨਾਲ ਅਤੇ ਮੁਸਤੈਦੀ ਦਿਖਾਉਂਦੇ ਹੋਏ ਉਹਨ ਬੰਦਿਆਂ ਦੀ ਜਿਹੜੀ ਪਹਿਚਾਣ ਕਰਨ ਤੋਂ ਬਾਅਦ ਉਹਨਾਂ 'ਤੇ ਰੇਡਾਂ ਕੀਤੀਆਂ ਅਤੇ ਉਹਨਾਂ ਨੂੰ ਚੇਜ਼ ਕਰਦੇ ਹੋਏ ਆਪਾਂ ਲੁਧਿਆਣੇ ਤੱਕ ਪਹੁੰਚੇ ਅਤੇ ਇੱਕ ਜੁਆਇੰਟ ਆਪਰੇਸ਼ਨ 'ਚ ਐਂਡ ਵਿਦ ਅ ਲੋਟ ਆਫ ਕੋਆਪਰੇਸ਼ਨ ਆਫ ਲੁਧਿਆਣਾ ਪੁਲਿਸ ਪਰ ਸਾਰਿਆਂ ਨੇ ਉੱਥੋਂ ਇਹ 3 ਜਿਹੜੇ ਮੇਨ ਐਕਿਊਜ਼ਡ ਨੇ ਉਹਨਾਂ ਨੂੰ ਉੱਥੋਂ ਅਰੈਸਟ ਕੀਤਾ ਮਾਮਲਾ ਇਹ ਵੀ ਰੰਜਿਸ਼ ਦਾ ਮੈਨੂੰ ਲੱਗਦਾ ਕਿ ਕੋਈ ਜੀ ਇਹਦੇ ਵਿੱਚ ਜੀ ਜਿਹੜੀ FIR ਨੰਬਰ ਰਜਿਸਟਰ ਹੋਈ ਉਹ FIR ਨੰਬਰ 17 ਡੇਟਡ 5/2/2024 ਅੰਡਰ ਸੈਕਸ਼ਨ 302 307 427 148 149 IPC ਐਂਡ 2527 ਆਰਮਸ ਐਕਟ ਰਜਿਸਟਰ ਹੋਇਆ ਸੀ ਬੀ ਡਿਵੀਜ਼ਨ 'ਚ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਆਈ ਆਲ ਦਾ ਸੀਨੀਅਰ ਆਫਿਸਰਸ ਰਸ਼ ਟੂ ਦਾ ਸਪੋਟ ਮੈਂ ਬਹੁਤ ਸਾਰੇ ਤੁਹਾਡੇ ਵਿੱਚੋਂ ਵੀ ਉੱਥੇ ਸਾਡੇ ਫਰੈਂਡਸ ਮੀਡੀਆ ਕਲੀਗਸ ਉੱਥੇ ਸੀਗੇ ਐਂਡ ਯੂ ਕੁਡ ਸੀ ਕਿ ਇਸ ਕੇਸ ਨੂੰ ਆਪਾਂ ਕਿੰਨਾ ਸੀਰੀਅਸਲੀ ਲਿਆ ਐਂਡ ਰਾਤੋ ਰਾਤ ਟੀਮਸ ਬਣਾ ਕੇ ਵੱਖ ਵੱਖ ਟੀਮਾਂ ਇਹਦੇ ਵਿੱਚ ਐਟਲੀਸਟ 5-7 ਟੀਮਸ ਦੇ ਵਰਕ ਦ ਇੰਟਾਇਰ ਨਾਈਟ ਜੀ ਮਾਮਲਾ ਜਿਹੜਾ ਹੈ ਉਹ ਇੱਕ ਸਿੰਪਲ ਇੱਕ ਇੰਸੀਡੈਂਟ ਹੋਇਆ ਸੀ ਕਿ ਇਹਨਾਂ ਦੀ ਆਪਸ 'ਚ ਲੜਾਈ ਝਗੜਾ ਹੋਇਆ ਸੀ ਪਤੰਗ ਉਡਾਉਣ ਨੂੰ ਲੈ ਕੇ ਵਿੱਚ ਦੈਨ ਐਸਕੇਲੇਟਡ ਐਂਡ ਉਹਦੇ ਵਿੱਚ ਫਿਰ ਇੱਕ ਗਰੁੱਪ ਵੱਲੋਂ ਗੋਲੀ ਚਲਾਈ ਗਈ ਮਾਰ ਦੇਣ ਦੀ ਨੀਅਤ ਫੈਮਿਲੀ ਦੇ ਸਟੇਟਮੈਂਟਸ ਦੇ ਅਨੁਸਾਰ ਉਹਨਾਂ ਨੇ ਜਿਸ ਬੰਦਿਆਂ ਦੇ ਖਿਲਾਫ ਉਹਨਾਂ ਨੇ FIR ਰਜਿਸਟਰ ਕਰਾਉਣੀ ਸੀ ਵੀ ਰਜਿਸਟਰਡ ਦਾ FIR ਐਂਡ ਉਹਦੇ ਵਿੱਚੋਂ 3 ਬੰਦੇ ਜਿਹੜੇ ਹੈਗੇ ਆਦਿਤਿਆ ਬੇਦੀ ਔਰ ਜੁਗਰਾਜ ਸਿੰਘ ਔਰ ਸ਼ਮਸ਼ੇਰ ਸ਼ੇਰਾ ਦੇ ਹੈਵ ਆਲਰੇਡੀ ਬੀਨ ਅਰੈਸਟਡ ਇਹਦੇ ਵਿੱਚ ਇੱਕ ਬਾਈ ਨੇਮ ਐਕਿਊਜ਼ਡ ਹੈ ਪਰਵਿੰਦਰ ਬੇਦੀ ਉਹਨੂੰ ਵੀ ਉਹਦੀ ਵੀ ਆਪਾਂ ਤਲਾਸ਼ ਕਰ ਰਹੇ ਨੇ ਤੇ ਬਹੁਤ ਛੇਤੀ ਆਪਾਂ ਉਹਨੂੰ ਵੀ ਫੜ ਲਾਂਗੇ ਦੇਖੀਏ ਆਲ ਦਾ ਐਕਿਊਜ਼ ਦੇ ਹੈਵ ਬੀਨ ਆਈਡੈਂਟੀਫਾਈਡ ਵੀ ਹੈਵ ਆਈਡੈਂਟੀਫਾਈਡ 8-10 ਮੋਰ ਪੀਪਲ ਇਨ ਦਿਸ ਕੇਸ ਬਟ ਡਿਊ ਟੂ ਇਨਵੈਸਟੀਗੇਸ਼ਨ ਰੀਜ਼ਨਸ ਐਂਡ ਆਬਵੀਅਸ ਰੀਜ਼ਨਸ ਮੈਂ ਉਹਨਾਂ ਦੇ ਡਿਟੇਲਸ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀ ਹਾਂ ਕੋਈ ਪੁਰਾਣਾ ਅਪਰਾਧੀ ਇਹਨਾਂ ਦੇ ਰਿਕਾਰਡ ਆ ਕ੍ਰਿਮੀਨਲ ਕੋਰਟ ਕਿਸ ਤਰ੍ਹਾਂ ਦਾ ਯੈਸ ਜਿਹੜੇ ਇਹ ਜੁਗਰਾਜ ਸਿੰਘ ਹੈ ਇਹਦੀ ਉਮਰ 26 ਸਾਲ ਹੈ
ਤੇ ਇਹ ਤੇ ਪਹਿਲਾਂ ਵੀ ਇੱਕ FIR ਨੰਬਰ 313 ਡੇਟਡ 30/10/23/323 B ਡਿਵੀਜ਼ਨ ਥਾਣੇ ਰਜਿਸਟਰਡ ਹੈ। ਆਦਿਤਿਆ ਬੇਦੀ ਇਹ ਤੇ ਵੀ ਇਹੀ ਪਰਚਾ ਰਜਿਸਟਰਡ ਹੈ। ਸੋ ਐਜ਼ ਯੂ ਕੈਨ ਸੀ ਕਿ ਇਹ ਸਾਰੇ ਜਿਹੜੇ ਬੰਦੇ ਹੈ ਇਹਨਾਂ ਦਾ ਇੱਕ ਪ੍ਰੀਵੀਅਸ ਕ੍ਰਿਮੀਨਲ ਬੈਕਗਰਾਊਂਡ ਰਿਕਾਰਡ ਸੀ। ਐਂਡ ਇਸ ਕੇਸ 'ਚ ਆਈ ਵੁੱਡ ਸਪੈਸ਼ਲੀ ਕਮੈਂਟ ਮਾਈ ਟੀਮ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਐਂਡ ਜਿਹੜੀ ਜੋ ਹੈ ਦਿਨ ਰਾਤ ਜੋ ਆਪਾਂ ਕੰਮ ਕੀਤਾ ਹੈ। ਅਲੋਂਗ ਵਿਦ ਦ ਸੇਮ ਥਿੰਗ ਆਈ ਵੁੱਡ ਲਾਈਕ ਟੂ ਮੀਡੀਆ ਰਾਹੀਂ ਮੈਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨੂੰ ਵੀ ਮੈਂ ਇਹ ਅਪੀਲ ਕਰਨਾ ਚਾਹੂੰਗੀ ਕਿ ਆਪਾਂ ਇੱਕ ਜਿਹੜੀ ਇੱਕ ਸਹੀ ਡਾਇਰੈਕਸ਼ਨ ਹੈ ਉਹ 'ਚ ਆਪਣੀ ਐਨਰਜੀਜ਼ ਨੂੰ ਲਾਈਏ। ਆਪਾਂ ਜਿਹੜੇ ਪੁੱਠੇ ਪਾਸੇ ਹੈ ਉਸ ਪਾਸੇ ਆਪਾਂ ਨਾ ਜਾਈਏ। ਅਤੇ ਪੇਰੈਂਟਸ ਨੂੰ ਵੀ ਮੈਂ ਇਹ ਕਹਾਂਗੀ ਕਿ ਇੱਕ ਵਾਰ ਆਪਾਂ ਦੇਖ ਲਈਏ ਕਿ ਵੀ ਸਾਡੇ ਬੱਚੇ ਜਿਹੜੇ ਹੈਗੇ ਉਹਨਾਂ ਦੀ ਕੀ ਕੰਪਨੀ ਹੈ, ਕਿਸ ਤਰ੍ਹਾਂ ਦੇ ਬੰਦਿਆਂ ਨਾਲ ਉਹ ਤੁਰਦੇ ਫਿਰਦੇ ਨੇ। ਸੋ ਦੈਟ ਇੱਕ ਮੋਨੀਟਰਿੰਗ ਰਹੇ ਉਹਨਾਂ 'ਤੇ ਸਾਰਿਆਂ 'ਤੇ। ਜੀ ਵੀ ਆਰ ਵਰਕਿੰਗ ਔਨ ਇਟ, ਬਹੁਤ ਛੇਤੀ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਦੇਖੀਏ ਜੀ, ਇਹ ਜਿਹੜਾ ਪਰਚਾ ਹੈ ਇਹ ਐਜ਼ ਯੂ ਕੈਨ ਸੀ ਇਹ ਐਂਡ ਆਫ ਅਕਟੂਬਰ ਰਜਿਸਟਰ ਹੋਇਆ ਹੈ, ਅਤੇ ਇਹਦਾ ਜਿਹੜੇ ਡੀਟੇਲਸ ਹੈ ਉਹ ਫਿਰ ਮੈਨੂੰ ਦੇਖਣੇ ਪੈਣਗੇ। ਜੀ ਇਹਨਾਂ ਦੀ ਉਮਰ ਜੀ ਜੁਗਰਾਜ ਸਿੰਘ ਇਜ਼ 26 ਈਅਰਸ ਓਲਡ, ਆਦਿਤਿਆ ਬੇਦੀ 20 ਸਾਲ, ਸ਼ਮਸ਼ੇਰ ਸਿੰਘ ਸ਼ੇਰਾ ਉਹ 47 ਸਾਲਾਂ ਦਾ ਹੈ। ਉਹ ਆਪਾਂ ਕਰਦੇ ਪਏ ਜੀ, ਐਜ਼ ਆਈ ਸੈਡ ਕਿ ਜਿਹੜੀ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹ 'ਚ ਬਹੁਤ ਸਵਿਫਟ ਐਕਸ਼ਨ ਕਰਦੇ ਹੋਏ ਬਾਏ ਨੇਮ ਜਿਹੜੇ ਮੇਨ ਐਕਿਊਜ਼ਡ ਫੈਮਲੀ ਨੇ ਸਾਨੂੰ ਦੱਸੇ ਸੀ ਉਹਨਾਂ ਨੂੰ ਆਪਾਂ 12 ਘੰਟਿਆਂ 'ਚ ਅਰੈਸਟ ਕਰ ਲਿਆ। ਐਂਡ ਆਈ ਵਾਂਟਡ ਟੂ ਬ੍ਰਿੰਗ ਇਟ ਟੂ ਮੀਡੀਆਜ਼ ਨੋਟਿਸ ਐਂਡ ਸ਼ੇਅਰ ਇਟ ਵਿਦ ਯੂ। ਔਨਗੋਇੰਗ ਇਨਵੈਸਟੀਗੇਸ਼ਨ ਹੈ, ਇਸ ਤੋਂ ਬਾਅਦ ਵੀ ਹਲੇ ਐਜ਼ ਆਈ ਸੈਡ ਅਦਰ ਐਕਿਊਜ਼ਡ ਹੈਵ ਬੀਨ ਆਈਡੈਂਟੀਫਾਈਡ, ਵੀ ਵਿਲ ਕੈਚ ਦੈਮ ਐਜ਼ ਵੈਲ। ਸੀ ਥਾਣੇ ਦੇ ਵਿੱਚ ਝਗੜੇ ਨੂੰ ਲੈ ਕੇ ਕਾਫੀ ਸਮੇਂ ਤੋਂ ਇਹਨਾਂ ਦੀ ਆਪਸੀ ਰੰਜਿਸ਼ ਸੀ, ਉਦੋਂ ਪੁਲਿਸ ਨੇ ਕੁਇਕਲੀ ਐਕਸ਼ਨ ਜੇ ਲਿਆ ਹੁੰਦਾ ਤੇ ਆਇਆ ਕਤਲ ਨਾ ਹੋ ਪਾਉਂਦਾ ਕੁਝ। ਦੇਖਿਓ ਜੀ, ਇਹਦੇ ਵਿੱਚ ਪੁਲਿਸ ਨੇ ਕੁਇਕ ਐਕਸ਼ਨ ਲਿਆ ਹੈ ਤੇ ਐਜ਼ ਆਈ ਸੈਡ ਕਿ ਇਹਨਾਂ ਤੇ ਬੀ ਡਿਵੀਜ਼ਨ ਥਾਣੇ 'ਚ ਆਲਰੇਡੀ ਪਰਚਾ ਰਜਿਸਟਰ ਹੋਇਆ ਹੈ, ਸਖਤ ਧਾਰਾਵਾਂ 'ਚ ਰਜਿਸਟਰ ਹੋਇਆ ਜੀ। ਉਦੋਂ ਅਰੈਸਟ ਪਈ ਸੀ ਇਹਨਾਂ ਦੀ, ਇਹ ਕੀ ਕੰਮ ਕੀ ਕਰਦੇ ਨੇ, ਕਿੰਨੇ ਜਾਣੇ ਦੇ? ਇਹ ਜਗਰਾਜ ਸਿੰਘ ਇਹ ਪੇਪਰ ਫੈਕਟਰੀ ਦਿੱਲੀ ਵਿਖੇ ਕੰਮ ਕਰਦਾ ਹੈ। ਆਦਿਤਿਆ ਬੇਦੀ ਜਿਮ ਟ੍ਰੇਨਰ ਹੈ। ਸ਼ਮਸ਼ੇਰ ਸਿੰਘ ਗੋਲਗੱਪਿਆਂ ਦੀ ਰੇੜੀ ਲਾਉਂਦਾ। ਲੁਧਿਆਣਾ ਵਿੱਚ ਕਿਹੜੀ ਜਗ੍ਹਾ ਤੇ ਛਿਪੇ ਹੋਏ ਸੀਗੇ? ਲੁਧਿਆਣੇ ਜੀ, ਐਗਜ਼ੈਕਟ ਡੀਟੇਲਸ ਤੇ ਮੈਂ ਨਹੀਂ ਦੱਸਾਂਗੀ, ਉਹ ਔਨ ਪੇਪਰ ਜਿਹੜੇ ਹੈਗੇ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ, ਬਟ ਯੈਸ ਉਧਰੋਂ ਹੀ ਅਰੈਸਟ ਹੋਇਆ ਹੈ ਤੇ ਉਧਰ ਦੀ ਟੀਮ ਦੇ ਕੋਆਪਰੇਸ਼ਨ ਨਾਲ ਉਹਨਾਂ ਨੇ ਸਾਨੂੰ ਕੋਆਪਰੇਟ ਕੀਤਾ। ਵੀ ਵਰ ਚੇਜ਼ਿੰਗ ਦੈਮ, ਸੋ ਦੇ ਹੈਲਪ ਅਸ ਅ ਲੋਟ। ਅਰੈਸਟ ਇਹਦੀ ਪਈ ਹਾਂਜੀ, ਇਹ ਰਿਮਾਂਡ ਤੇ ਨੇ ਜੀ। ਬੈਕਵਰਡ ਫਾਰਵਰਡ, ਐਜ਼ ਆਈ ਸੈਡ 10 ਪੀਪਲ, ਕਲੋਜ਼ ਟੂ 10 ਪੀਪਲ ਹੈਵ ਬੀਨ ਆਈਡੈਂਟੀਫਾਈਡ, ਵੀ ਆਰ ਵਰਕਿੰਗ ਔਨ ਇਟ ਜੀ। ਹਾਂਜੀ ਪਿਛਲੇ 10 ਦਿਨਾਂ ਤੋਂ ਜ਼ੋਨ 3 ਦੀ ਜਿਹੜੀ ਕੁਛ ਅਚੀਵਮੈਂਟਸ ਹੈਗੀ ਸਿੰਸ ਦ ਟਾਈਮ ਆਈ ਹੈਵ ਟੇਕਨ ਚਾਰਜ ਐਜ਼ ADCP ਜ਼ੋਨ 3, ਅ ਟੋਟਲ ਆਫ 81 ਅਕਿਊਜ਼ਡ ਵੱਖ ਵੱਖ ਮਾਮਲਿਆਂ 'ਚ, ਜਿਵੇਂ ਕਿ ਤੁਸੀਂ ਇਹ ਦੱਸ ਰਹੇ ਸੀ ਕਿ ਜੀ ਇਹਨਾਂ 'ਤੇ ਪਹਿਲੇ ਕੀ ਪਰਚਾ ਹੋਇਆ। ਇਹ ਜਿੰਨੀ ਵੀ ਇਹ ਮੁੰਡੀਰ ਤੁਰੀ ਫਿਰਦੀ ਹੈ ਉਹਨਾਂ ਜਿਹੜੇ ਵੀ ਮਾੜੇ ਬੰਦੇ ਆ ਉਹਨਾਂ ਨੂੰ ਫੜ ਕੇ ਆਪਾਂ ਅੰਦਰ ਦੇ ਰਹੇ ਨੇ। ਐਂਡ ਆਊਟ ਆਫ ਦਿਸ 44 44 ਬੰਦੇ ਆ ਜਿਨ੍ਹਾਂ 'ਤੇ ਪ੍ਰੀਵੈਂਟਿਵ ਐਕਸ਼ਨ ਹੋਇਆ ਹੈ। 3 POs ਅਰੈਸਟ ਹੋਏ ਹੈ,
ਪੰਜ ਜਿਹੜੇ NDPS ਦੇ ਦੋਸ਼ੀ ਅਰੈਸਟ ਹੋਏ ਹੈ ਤੇ ਇਹਦੇ ਚ ਪੰਜ ਪਰਚੇ ਵੀ ਰਜਿਸਟਰ ਕੀਤੇ ਹੈ ਜਿਹਦੇ ਚ 162 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ। ਇਸ ਤੋਂ ਇਲਾਵਾ ਜਿਹੜੇ 29 ਅਕਿਊਜ਼ ਨੇ, ਐਜ਼ ਯੂ ਵਰ ਆਸਕਿੰਗ ਮੀ ਕਿ ਵੈਦਰ ਇਸ ਕੇਸ 'ਚ ਬੰਦੇ ਦੀ ਅਰੈਸਟ ਹੋਈ ਹੈ ਜਾਂ ਨਹੀਂ, ਇੱਦਾਂ ਦੇ ਸਾਰੇ ਪੁਰਾਣੇ ਕੇਸਿਸ ਆਪਾਂ ਕਢਾਏ ਹੈ ਅਤੇ 29 ਅਕਿਊਜ਼ ਆਪਾਂ ਆਲਰੇਡੀ ਇਨ ਜਸਟ 7 to 8 ਡੇਜ਼ ਹਮਨੇ ਅਰੈਸਟ ਕਰਕੇ ਹਮਨੇ ਉਹਨੇ ਜੇਲ੍ਹ ਭੇਜਾ ਹੈ। ਸੋ 81 ਸੱਚ ਪੀਪਲ ਹੈਵ ਆਲਰੇਡੀ ਬੀਨ ਅਰੈਸਟਡ। ਅ ਸਸਟੇਨਡ ਡਰਾਈਵ ਇਜ਼ ਬੀਂਗ ਕੈਰਿਡ ਔਨ ਇਨ ਜ਼ੋਨ 3 ਐਂਡ ਵੀ ਵਿਲ ਨੋਟ ਟੋਲਰੇਟ ਐਨੀ ਨੇਫੇਰੀਅਸ ਡਿਜ਼ਾਈਨਸ ਆਫ ਸੱਚ ਪੀਪਲ। ਠੀਕ ਹੈ, ਥੈਂਕ ਯੂ।